ਪਟੀਚ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੇਜਰ ਸਿੰਘ ਦਾ ਕਤਲ ਹੋ ਗਿਆ। ਪਿੰਡ ਸੰਧਵੀ ਦੇ ਮੇਜਰ ਸਿੰਘ ਦੇ ਪੈਲਸ ਦੇ ਵਿੱਚ ਹੀ ਮਹਿਲਾ ਨੇ ਮੇਜਰ ਸਿੰਘ ਦੇ ਪਿਸਤੌਲ ਦੇ ਨਾਲ ਗੋਲੀ ਮਾਰ ਦਿੱਤੀ। ਗੋਲੀ ਮਾਰਨ ਬਾਅਦ ਮੁਲਜ਼ਮ ਮਹਿਲਾ ਮੌਕੇ ਤੋਂ ਫਰਾਰ ਤਸੀ ਜਾ ਰਹੀ ਹੈ ਅਤੇ ਪਿਸਤੌਲ ਵੀ ਨਾਲ ਹੀ ਲੈ ਗਈ। ਮੇਜਰ ਸਿੰਘ ਧਾਰੀਵਾਲ ਕਾਂਗਰਸ ਸਰਕਾਰ ਵੇਲੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਹਿ ਚੁੱਕੇ ਨੇ। ਹਾਲਾਂਕਿ ਪੁਲਿਸ ਦੇ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਇਸ ਕਤਲ ਦੇ ਪਿੱਛੇ ਦੀ ਵਜ੍ਹਾ ਕੀ ਹੈ। ਪਰ ਛਾਣਬੀਨ ਸ਼ੁਰੂ ਕਰ ਦਿੱਤੀ ਗਈ ਹੈ। ਹਲੇ ਤੱਕ ਦੀ ਜਿਹੜੀ ਅਸੀਂ ਤਫਤੀਸ਼ ਹੈ ਉਹਦੇ 'ਚੋਂ ਇਹ ਸਾਹਮਣੇ ਆਇਆ ਕਿ ਇਹਨਾਂ ਦਾ ਕੋਈ ਆਪਸ 'ਚ ਕੋਈ ਡਿਸਪਿਊਟ ਹੋਇਆ, ਜਿਹਦੇ ਕਰਕੇ ਇੱਕ ਲਾਇਸੈਂਸਡ ਵੈਪਨ ਜਿਹੜਾ ਮੇਜਰ ਸਿੰਘ ਦਾ ਖੁਦ ਦਾ ਸੀਗਾ ਉਹਨੂੰ ਯੂਜ਼ ਕਰਕੇ ਲੇਡੀ ਨੇ ਜਿਹੜਾ ਮੇਜਰ ਸਿੰਘ ਦਾ ਦੇ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ।